किन किन जाना है ते केड़ा केड़ा कह गया केड़ा केड़ा आ गया भी केड़ा केड़ा रह गया किन किन जाना है भी केड़ा केड़ा कह गया केड़ा केड़ा आ गया ते केड़ा केड़ा रह गया उसनू बुला लो उसनू बुला लो बाकी होगी तसल्ली आ मैं जो संग जो संगते आ गड्डी डेरे साम चली आ ते जो संगते आ गड्डी डेरे साम चली आ करतारो सारे तो चंगी रह गई सारे तो पहलो आके सीट मल बह गई बेबे करतारो सारे तो चंगी रह गई सारे तो पहलो आके सीट मल बह गई ओ फिक्र न फका फिक्र न फका फिक्र न फका बैठी मार के पथलिया बैज संगते आ गड्डी जो संगते आ गड्डी डेरे साम चली आ ते जो संगते आ गड्डी डेरे साम चली आ मार ही लिया वे जरा ढोल कीते था पे होए आरे लग जान जे ਨਾਮ ਜਪਿਆ ਵਣ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਅੰਡਟ ਕੀਤਾ ਤਿਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਪਾਤਸ਼ਾਹ ਜੀ ਖੋਲੋ ਦੇ
ਜਿਨ੍ਹਾਂ ਸਿੰਘਾਂ ਸਿੱਖ ਨਹੀਂ ਆਲੇ ਧਰਮ ਵਿੱਚ ਸੀਸ ਦਿੱਤੇ ਵੱਧ ਵੰਗ ਪਟਾਏ ਖੋਪੜੀਆਂ ਲਵਾਈਆਂ ਚੱਪੜੀਆਂ ਤੇ ਚੜੇ ਗਏ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਤਰਮੀ ਆਰਿਆ ਸਿੱਖ ਕੇਸਾਂ ਸੁਹਾਸਾਂ ਨਾਲ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਬੋਲੋ ਜੀ ਪ੍ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੈ ਛੇਤੇ ਆਵ ਕਾ ਸਤਕਾਰ ਸਭ ਸੁਖੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਾਇ ਦੇਵ ਤੇ ਫਤਿਹ ਗੁਰ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਨਾਨਕ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਗੁੰਗੈ ਜੁਗੋ ਜੁਗ ਅਟਲ ਤਰਨ ਕਾ ਜੇ ਕਾਰ ਬੋਲੋ ਜੀ ਸਿੱਖਾਂ ਦਾ ਮਾਣੀ ਮਤ ਉੱਚੀ ਮਤ ਪਤ ਦੇ ਰਾਂਗੀ ਆਪ ਕਾਰ ਪੁਨੀ ਵਾਹਿਗੁਰੂ ਇਹ ਅਕਾਰ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਉ ਸ੍ਰੀ ਨਾਨਕ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਦਾਨਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਜੁੜਿਆ ਗਿਆ ਹੈ ਖੁੱਲੇ ਦਰਸ਼ਨ ਦਿੱਤਾ ਹੈ ਅਤੇ ਸੇਵਾ ਸੰਭਾਲ ਦਾ ਨਾਮ ਖਾਲਸਾ ਜੀ ਨੂੰ ਬਖਸ਼ੋ ਇਹ ਜਮਾਨੀਆਂ ਦੇ ਮਾਣ ਤਾਣੀਆਂ ਦੇ ਤਾਣ ਦੇ ਉੱਤਿਆਂ ਦੀ ਓਟ ਤਾਂ ਤਾਂ ਸਤਿਗੁਰੂ ਪੰਜ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਸੜੇਰਾ ਸਾਹਿਬ ਹੋਵੇ ਕਿ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਅਗਰੇ ਵਿਖੇ ਵੇਦ ਨਾਲ ਇਸਤਰੀਆਂ ਦੇ ਸੁੰਦਰ ਦੀਵਾਨ ਸਜਾਏ ਗਏ ਹਨ ਸਜਿਆ ਹੋਇਆ ਦੀਵਾਨਾਂ ਦਾ ਆਪ ਜੀ ਪੰਥ ਪਵਿੱਤਰਾਂ ਤੁਮੇ ਬਾਣੀ ਨੂੰ ਸ਼ਬਦ ਚੁੱਕੀ ਉਹ ਸ਼ਬਦ ਕੀ ਹਿਰਤਨ ਆਨੰਦ ਸਾਹਿਬ ਜੀ ਦੇ ਕੋਪ ਜੀ ਕੀ ਅਰਦਾਸ ਹੈ ਜੀ ਗਰੀਬ ਦੇਵਾਜ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਪੁਨਾ ਚੁੱਕਾ ਦੀ ਖਿਮਾ ਬਖਸ਼ਣੀ ਅਗੋ ਲਈ ਸੁਰਬਾਣੀ ਪੜ੍ਹਦੀ ਸੁਰਤਾ ਜੀ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਅਰਦਾਸਾਂ ਬੀਤੀਆਂ ਹਨ ਤੇਰਾ ਜੀ ਅਰਦਾਸਾਂ ਬੀਤੀਆਂ ਦਰ ਪ੍ਰਵਾਨ ਦੀਆਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਕਿਆ ਤੇਰ ਪਰੂਆ ਐਸੇ ਬੀਤਿਆ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤਾਰ ਦੇ ਸੁਖ ਨੂੰ ਮਨਾਉਣ ਵਾਸਤੇ ਬੇਅੰਤ ਸੰਗਤਾਂ ਦੇ ਸਾਂ ਸੁਦੇਸਾਂ ਤੋਂ ਦੂਰ ਦਰੀੜੇ ਤੋਂ ਯੋਗੀ ਤੋਂ ਬੇਅੰਤ ਸੰਗਤਾਂ ਗੁਰਦੁਆਰਾ ਸੜੇਰਾ ਸਾਹਿਬ ਕੀ ਆਲਮੀਆਂ ਪਰਾਈਆਂ ਹਨ ਯੰਤਾ ਸ਼ਕਤਾਵਾਂ ਕਰੀਆਂ ਸਮੂਹ ਸੰਗਤਾਂ ਦੀਆਂ ਆਲਮੀਆਂ ਤੇਰੇ ਕੋਲ ਭੇਟਾ ਦਰਪਣਾਂ ਕਰੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਤੋਂ ਨਾਮ ਦਾ ਰੁਖਸ਼ਣਾ ਪਰਿਵਾਰਾਂ ਵਿੱਚ ਦਇਆ ਰੂਪਤਾ ਰੋਸ਼ਨੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੂੰ ਅਰਦਾਸ ਭੇਜੀ ਹੈ ਜਿਨ੍ਹਾਂ ਦੀ ਅਰਦਾਸ ਦਰ ਪ੍ਰਵਾਨ ਨੇ ਅਦਰਤੇ ਬੀਬੀ ਜਤਿੰਦਰ ਕੌਰ ਕਿਰਪਾਲ ਸਿੰਘ ਕਿਰਪਾਲ ਕੌਰ ਪ੍ਰਕਾਸ਼ ਸਿੰਘ ਅਵਤਾਰ ਸਿੰਘ ਅਮਰਪਾਲ ਕੌਰ ਅਮਰਪਾਲ ਸਿੰਘ ਨੂੰ ਅਰਦਾਸ ਭੇਜੀ ਹੈ ਕਾਂਗਰਸ ਕਮਿਸ਼ਨਰ ਸਾਂਤਾ ਦਰਤੇ ਸਾਜਨ ਦਾਸ ਨੂੰ ਅਰਦਾਸਾਂ ਭੇਜੀਆਂ ਹਨ ਇਹਨਾਂ ਨੂੰ ਜੰਗੀ ਦੀ ਦਾਲ ਪੁਸ਼ਟੀ ਗ੍ਰਹਿ ਦੀ ਖੁਸ਼ੀਆਂ ਦੇ ਖੇੜੇ ਬਖਸ਼ਣੇ ਆਦਰਤੇ ਬਲਜਿੰਦਰ ਕੌਰ ਬਲਦੇਵ ਸਿੰਘ ਸੁਰਜੀਤ ਕੌਰ ਫੈਮਲੀ ਸਾਹਿਬ ਅਰਦਾਸਾਂ ਬੇਨਤੀਆਂ ਕਾਰਨ ਕਾਰਜ ਰਾਸਪਣੇ ਭਾਈ ਤਰਲੋਕ ਸਿੰਘ ਗੁਰਮੀਤ ਕੌਰ ਸੁਰਿੰਦਰ ਸਿੰਘ ਵੱਲੋਂ ਅਰਦਾਸ ਬੇਨਤੀਆਂ ਕਾਰਜ ਰਾਸਪਣੇ ਰਵਿੰਦਰ ਸਿੰਘ ਰਣਜੀਤ ਸਿੰਘ ਵੱਲੋਂ ਅਰਦਾਸ ਬੇਨਤੀਆਂ ਕਾਰਜ ਰਾਸਪਣੇ ਸੁਨਾ ਸਾਂਪੀਆਂ ਅਦਾਤੇ ਜਸਵੰਤ ਕੌਰ ਵੱਲੋਂ ਅਰਦਾਸ ਬੇਨਤੀਆਂ ਕਾਰਜ ਰਾਸਪਣੇ ਭਾਈ ਪ੍ਰੇਮ ਸਿੰਘ ਜਤਿੰਦਰ ਕੌਰ ਸਰਦਾਰ ਗੁਰ ਸਿੰਘ ਜੀ ਵੱਲੋਂ ਕੇਵਲ ਸਿੰਘ ਵੱਲੋਂ ਅਰਦਾਸ ਬੇਨਤੀਆਂ ਕਾਰਜ ਰਾਸਪਣੇ ਸੁਨਾ ਸਾਂਪੀਆਂ ਦਰੋ ਕਰੋ ਨਾਮ ਦੀਆਂ ਦਾਤਾਂ ਖੁਸ਼ਣੀਆਂ ਗਰੀਬ ਨਿਵਾਜ ਹੋਰ ਗਿਆ ਗੁਰਮੁਖਾਂ ਸੱਜਣਾ ਨੂੰ ਅਰਦਾਸਾਂ ਜੋੜੀਆਂ ਹਨ ਤੇਰਾ ਦੇ ਨਾਮ ਆਪ ਜਾਣੀ ਜਾਣੋ ਸਰਬੱਤ ਦੇ ਕਾਰਜ ਰਾਸਪਣੇ ਯਾਤਰਾ ਸਭ ਲਈ ਕਰੀ
ਪਰਿਵਾਰਾਂ ਵਿੱਚ ਦਇਆ ਰੂਪਤਾ ਖੁਸ਼ੀ ਉਸੀਚੀ ਵਾਲਾ ਜੀਵਨ ਬਖਸ਼ਿਸ਼ ਕਰਨਾ, ਗਰੀਬ ਨਿਵਾਸ ਆਪ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪ੍ਰਾਪਸ਼ਾ ਦੀ ਦੇਖ ਆਦਰਾ ਪ੍ਰਾਪਸ਼ਾ ਦਰਪਣਾਵੇ ਪ੍ਰਾਣ ਨੇ ਅਕਸ਼ਾਰ ਸਾਧ ਸੰਗਤ ਦੀ ਵਰਤਾਉਣ ਦੀ ਆਗਿਆ ਰੁਕਸ਼ਣੀ ਉਪਰੰਤ ਸਭ ਕੁਝ ਉਪਰੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਅੰਤ ਸੰਗਤਾਂ ਕੋਲ ਰੁਮਾਲਿਆ ਦੀ ਭੇਟ ਹੋ ਗਿਆ ਹਨ। ਰੁਮਾਲਿਆ ਕੀ ਕਾਲ ਨੇ ਕਾਲਪਣ ਦੂਸਰੇ ਸ੍ਰੀ ਆਪਣਾ ਪਾਪ ਪਿੱਤਰ ਫਰਮਾਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਖੁਸ਼ ਕੁ ਸਹੀ ਪਿਆਰੇ ਵੇ ਜਿਨ੍ਹਾਂ ਪਿਆ ਮੇਰਾ ਪਿੱਤਰ ਨਾਮ ਕਿਆ ਨਾਨਕ ਨਾਮ ਕਲਿਕਾ ਤੇਰੇ ਪਾਣੀ ਸਰਬੰਦ ਦਾ ਭਲਾ ਮੇਰਾ ਨਾਂ ਜੀ ਗੁਰਬਚਨ ਸਿੰਘ, ਮੈਂ ਯੂਪੀ ਲਖਨਊ ਤੋਂ ਆਇਆ। ਨਹੀਂ ਫਰਕ ਤਾਂ ਮਤਲਬ ਕਿਸ ਵਜ੍ਹਾ ਕਿਸ ਵਜ੍ਹਾ ਮਤਲਬ ਆਬਾਦੀ ਦੇ ਹਿਸਾਬ ਨਾਲ ਜਾਂ ਰਹਿਣ ਸਹਿਣ ਆਬਾਦੀ ਥੋੜ੍ਹਾ ਬਹੁਤ ਫਰਕ ਤਾਂ ਹੈ ਹੀ ਹੈ ਜੀ। ਇੰਡੀਆ ਦੇ ਵਿੱਚ ਜਿਹੜੀ ਚੀਜ਼ਾਂ ਹੈਗੀਆਂ ਉਹ ਇੱਥੇ ਅਵੇਲੇਬਲ ਨੇ, ਜਿਹੜੀ ਇੱਥੇ ਅਵੇਲੇਬਲ ਉੱਥੇ ਅਵੇਲੇਬਲ ਨੇ। ਮਹਿੰਗਾਈ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਮਹਿੰਗਾਈ ਇੱਥੇ ਜ਼ਿਆਦਾ, ਇੱਥੇ ਦੀ ਆਵਾਮ ਪਤਾ ਨਹੀਂ ਕਿਵੇਂ ਸਹਿਣ ਕਰਦੀ ਹੈ। ਸਾਡੇ ਉੱਥੇ ਮਹਿੰਗਾਈ ਘੱਟ ਹੈ, ਹਰ ਚੀਜ਼ ਅਵੇਲੇਬਲ ਹੈ, ਪੈਸੇ ਦੀ ਵੈਲੂ ਨਹੀਂ ਹੈ। ਇੱਥੇ ਪੈਸੇ ਦੀ ਵੈਲੂ ਜ਼ਿਆਦਾ, ਉੱਥੇ ਪੈਸੇ ਦੀ ਵੈਲੂ ਨਹੀਂ ਹੈ। ਬਾਕੀ ਬਿਜ਼ਨਸ ਪਰਪਸ ਇੰਡੀਆ ਮੇਰੇ ਖਿਆਲ ਸਭ ਨਾਲੋਂ ਬੈਸਟ ਹੈ ਇਸ ਟਾਈਮ, ਵਰਲਡ ਆਫ ਕੰਟਰੀ। ਨਹੀਂ ਸਾਨੂੰ ਵੈਸੇ ਕੋਈ ਪ੍ਰੋਬਲਮ ਨਹੀਂ ਹੋਈ ਜੀ, ਆਵਾਮ ਬੜੀ ਅੱਛੀ ਇੱਥੇ ਜੀ, ਬੜੀ ਸਤਿਕਾਰ ਸੇਵਾ ਕੀਤੀ ਸਾਡੀ ਉਹਨਾਂ ਨੇ, ਐਸੇ ਕੋਈ ਗੱਲ ਨਹੀਂ। ਬਹੁਤ ਅੱਛੇ ਜੀ, ਬਹੁਤ ਹੀ ਅੱਛੇ ਨੇ। ਜੋ ਸੁਣਿਆ ਸੀ ਉਹ ਚੀਜ਼ ਨਹੀਂ ਹੈ। ਲੋਕ ਕਹਿੰਦੇ ਸੀ ਜਾਣ ਤੋਂ ਪਹਿਲਾਂ ਜੀ ਉੱਥੇ ਹੈ, ਉੱਥੇ ਆਤੰਕਵਾਦ ਹੈ ਜੀ, ਉੱਥੇ ਹੈ, ਉੱਥੇ ਜਾਣਾ ਨਾ ਜੀ, ਉੱਥੇ ਤੁਹਾਨੂੰ ਜਾਣ ਨਹੀਂ ਦੇਣਗੇ, ਬਾਜ਼ਾਰ ਨਹੀਂ ਘੁੰਮਣ ਦੇਣਗੇ ਜੀ, ਆਵਾਮ ਨਾਲ ਮਿਲਣ ਨਹੀਂ ਦੇਣਗੇ। ਪਰ ਇੱਥੇ ਆ ਕੇ ਸਭ ਕੁਛ ਹੀ ਉਲਟਾ ਹੋਇਆ। ਅਸੀਂ ਆ ਕੇ ਇੱਥੇ ਜੋ ਆਵਾਮ ਨਾਲ ਮਿਲੇ ਸਾਨੂੰ, ਬਕਾਇਦਾ ਸਿਕਿਉਰਿਟੀ ਨੇ ਵੀ ਸਾਨੂੰ ਕਿਹਾ ਕਿ ਤੁਸੀਂ ਓਪਨ ਜਾ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ, ਤੁਸੀਂ ਆਵਾਮ ਨਾਲ ਮਿਲ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਬੈਠ ਸਕਦੇ ਹੋ। ਅਸੀਂ ਬਾਜ਼ਾਰ ਗਏ, ਉਹਨਾਂ ਦੁਕਾਨਾਂ 'ਤੇ ਗਏ ਹਾਂ, ਬੈਠੇ ਹਾਂ, ਗੱਲਬਾਤ ਕੀਤੀ ਹੈ। ਉਹਨਾਂ ਦੇ ਵੀ ਕੋਈ ਲੋਕ ਇੰਡੀਆ 'ਚ ਹੈਗੇ ਨੇ, ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ, ਅਤੇ ਬਹੁਤ ਹੀ ਅੱਛਾ ਲੱਗਿਆ ਜੀ ਸਾਨੂੰ ਇੱਥੇ ਆ ਕੇ। ਅੱਜ ਦਾ ਸਾਡੇ ਧੰਨ ਧੰਨ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ, ਅਤੇ ਉਸੇ ਸੰਬੰਧ 'ਤੇ ਅਸੀਂ ਇੱਥੇ ਆਏ ਹਾਂ ਜੀ। ਅਤੇ ਸਾਡਾ ਇੰਡੀਆ ਤੋਂ 250 ਬੰਦੇ ਦਾ ਜੱਥਾ ਆਇਆ ਹੋਇਆ, ਵੱਖ ਵੱਖ ਥਾਵਾਂ ਤੋਂ ਆਇਆ, ਪੰਜਾਬ ਤੋਂ, ਰਾਜਸਥਾਨ ਤੋਂ, ਹਰਿਆਣਾ ਤੋਂ, ਬੰਬੇ ਤੋਂ, ਨਾਸਿਕ ਤੋਂ, ਯੂਪੀ ਤੋਂ, ਬਿਹਾਰ ਤੋਂ, ਪੰਜਾਬ ਤੋਂ, ਅਤੇ ਸਾਰੇ ਥਾਵਾਂ ਤੋਂ ਲੋਕ ਆਏ ਹੋਏ ਨੇ ਜੀ। ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਗੁਰਪੁਰਬ ਮਨਾਉਣ ਆਏ ਹੋਏ ਹਾਂ, ਜੋ ਸਾਡੇ ਪੰਜਵੇਂ ਪਾਤਸ਼ਾਹ ਇੱਥੇ ਆ ਕੇ ਬੈਠੇ ਸੀ, ਅਤੇ ਇੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਰਾਵੀ ਨਦੀ 'ਤੇ, ਇੱਥੋਂ ਉਹਨਾਂ ਦਾ ਸਰੀਰ ਆਲੋਪ ਹੋ ਗਿਆ ਸੀ, ਅਤੇ ਬਾਕੀ ਉਹਨਾਂ ਦੀ ਯਾਦਗਾਰ ਇੱਥੇ ਹੈਗੀ ਜੀ। ਅਸੀਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਜੀ। ਬਹੁਤ ਵਧੀਆ ਸੇਵਾ ਸੰਭਾਲ ਵੀ ਬਹੁਤ ਅੱਛੀ ਹੈ, ਦੇਖ ਰੇਖ ਬੜੀ ਅੱਛੀ ਹੈ, ਪਾਕਿਸਤਾਨ ਗੌਰਮੈਂਟ ਨੇ ਸੰਭਾਲ ਕਾਫੀ ਰੱਖੀ ਹੋਈ ਹੈ। ਬਾਕੀ ਇੱਥੇ ਦੇ ਸਿੱਖਾਂ ਨੇ, ਸਿੰਧੀਆਂ ਨੇ, ਆਵਾਮ ਨੇ ਬਹੁਤ ਹੀ ਅੱਛਾ ਸਹਿਯੋਗ ਕੀਤਾ ਹੋਇਆ। ਲੰਗਰ ਛਕਿਆ ਜੀ, ਬਹੁਤ ਅੱਛਾ ਲੰਗਰ ਹੈ ਜੀ, ਬਹੁਤ ਹੀ ਵਧੀਆ। ਗੁਰੂ ਕਾ ਲੰਗਰ ਦਾ ਤਾਂ ਤਾਰੀਫ ਨਹੀਂ ਕੀਤੀ ਜਾ ਸਕਦੀ ਜੀ, ਗੁਰੂ ਕਾ ਲੰਗਰ ਤਾਂ ਲੰਗਰ ਹੈ।
ਸੰਗਤਿਆਂ ਕੱਢੀ ਡੇਰੇ ਸਾਹਿਬ ਚੱਲੀ ਆ। ਕਰਮਵੀਰ ਸਿੰਘ ਦੇਹਰਾਦੂਨ, ਬਹੁਤ ਅੱਛਾ ਲੱਗਿਆ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਲੰਗਰ ਬਹੁਤ ਅੱਛਾ, ਪੰਜਾ ਸਾਹਿਬ ਵੀ ਬਹੁਤ ਅੱਛਾ, ਨਨਕਾਣਾ ਸਾਹਿਬ ਬਹੁਤ ਅੱਛਾ, ਪੰਜਾ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ, ਰੋਹੜੀ ਸਾਹਿਬ, ਇੱਥੇ ਬਹੁਤ ਅੱਛਾ ਲੱਗਾ। ਲੰਗਰ ਸਭ ਜਗ੍ਹਾ ਬਹੁਤ ਵਧੀਆ ਮਿਲਿਆ। ਮੈਨੇਜਮੈਂਟ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ, ਸਿਕਿਉਰਟੀ ਨੇ ਬਹੁਤ ਸਹਿਯੋਗ ਦਿੱਤਾ, ਬਹੁਤ ਅੱਛਾ ਲੱਗਾ ਦੇਖ ਕੇ। ਸੰਗਤਿਆਂ ਕੱਢੀ ਡੇਰੇ ਸਾਹਿਬ।